एतिमान चैनल देख रहे सारे दर्शकों का मैं मनप्रीत सिमी कर दी हां निघा स्वागत। होर वधेरे जानकारी दे लई बने रहो साडे चैनल दे नाल। मशहूर गायक लैंबर हुसैनपुरी के घर अगे उसका परिवार हुसैनपुरी तो काफ़ी परेशान देखने को मिलिया। परिवार का कहना है कि लैंबर वालों उन्होंने बदसलूकी की गई। लैंबर के छोटे छोटे बच्चे पत्नी और होर भी रिश्तेदार घर के बाहर रोंदते हुए दुखी नजर आए। शक करता हमेशा बच्चों नहीं बहर जान दिता कितने नहीं शक कर शक्की है शराब पी के कुटदा मारदा पिस्तौल चक लैंदा हुण भी मैनू मारन लई लगदा सी पिस्तौल बट बट डंडे मेरे हाथ देखो तुसीं आ इत्थे देखो मेरे किन्ने डंडे मारे मेरे इत्थे मारिया मेरे इत्थे पुड़ सीगा ना मेरे मोहल्ले वाले ने किसी ने बचाया नहीं तुहानू कोई अंदर भाजी है नहीं सी सारी मेरी वाइफ जानी उन्होंने ਅੜਿੱਕੇ ਚੜੀ ਹੋਈ ਆ ਜੋ ਉਹ ਕਹਿੰਦੇ ਉਹੀ ਕਰੀ ਜਾਂਦੀ ਮੈਨੂੰ ਆਪਦਾ ਪਤਾ ਨਹੀਂ ਕੋਈ ਹਰ ਘਰ ਦੇ ਵਿੱਚ ਹਰ ਸਹੂਲਤ ਆ ਬਾਹਰ ਅੰਦਰ ਵੀ ਲੈ ਕੇ ਜਾਂਦਾ ਸਾਰਾ ਮੇਰੇ ਫੇਸਬੁੱਕ 'ਤੇ ਪਿਆ ਲੱਖਾਂ ਰੁਪਈਆ ਮੈਂ ਖਰਾਬ ਨਹੀਂ ਕੀਤੇ ਮੈਂ ਆਪਣੇ ਬੱਚਿਆਂ 'ਤੇ ਲਾਏ ਮੈਂ ਉਹਨਾਂ ਲਈ ਜਾਨਵਰ ਸਾਂ ਮੇਰੀ ਕੋਠੀ ਕਿਰਾਏ 'ਤੇ ਚੜ੍ਹਨੀ ਸੀਗੀ ਮੈਂ ਲੱਕੀ ਭਾਈ ਨੂੰ ਕਿਹਾ ਕਿ ਧੰਮਰ ਭਾਜੀ ਆ ਜਿਹਨੇ ਪਹਿਲਾਂ ਚੜ੍ਹਾਈ ਸੀ ਸਰ ਬੰਦ ਜੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਠੀ ਕਿਰਾਏ 'ਤੇ ਚਾੜ੍ਹ ਦਿਓ ਜੀ ਇਹਨਾਂ ਦੇ ਬੰਦੇ ਨੇ ਭੇਜੇ ਬੰਦੇ ਚਾਰ ਪੰਜ ਅੰਦਰ ਵੜ ਗਏ ਮੈਂ ਦਫ਼ਤਰ ਬੈਠਿਆ ਆਪਦੇ ਕੈਮਰੇ 'ਚ ਦੇਖ ਲਿਆ ਮੈਂ ਵਾਈਫ ਨਾਲ ਗੱਲ ਕੀਤੀ ਵੀ ਇਹ ਕੌਣ ਸੀ ਕਹਿੰਦੇ ਵੀ ਮੈਨੂੰ ਨਹੀਂ ਪਤਾ ਮੈਂ ਕਿਹਾ ਵੀ ਤੁਸੀਂ ਇਹ ਬਿਨਾਂ ਪੁੱਛੇ ਤੋਂ ਨਹੀਂ ਕਰਨਾ ਚਾਹੁੰਦੇ ਮੈਨੂੰ ਫੋਨ ਕਰ ਲੈਂਦੇ ਲੈ ਇੰਨੀ ਗੱਲ ਹੋਈ ਆ ਮੈਂ ਘਰ ਆਇਆ ਮੈਂ ਕਿਹਾ ਵੀ ਕਿਉਂ ਕੀਤੀ ਉਹ ਛੋਟੀ ਜਿਹੀ ਮੇਰੇ ਹੱਥੀ ਪੈ ਗਈ ਸਾਰਾ ਤੋਂ ਛੋਟੀ ਜਿਹੜੀ ਮੈਂ ਹੱਥੀ ਵਿਆਹ ਕੀਤੇ ਆ ਸਾਰੀਆਂ ਦੇ ਮੈਂ ਵੱਡਾ ਚਾਰ ਸਾਲੀਆਂ ਮੇਰੇ ਸਾਰੇ ਦੇ ਵਿਆਹ ਕੀਤੇ ਆ ਪਰ ਉਹ ਹੁਣ ਗੱਲਾਂ ਹੋਰ ਹੀ ਬਣਾਈ ਜਾਂਦੇ ਆ ਬਦਨਾਮ ਕਰ ਲਈ ਤੁਹਾਨੂੰ ਪਤਾ ਹੀ ਆ ਜੋ ਕੀ ਗੱਲ ਚਾਹੀਦੀ ਤੁਹਾਨੂੰ ਨੌਕਰਾਂ ਦੇ ਵਿੱਚ ਜਿਹੜੇ ਕੱਪੜੇ ਕੁੱਪੜੇ ਵੀ ਤੁਹਾਡੇ ਫਾੜੇ ਹੋਏ ਕੋਈ ਕੋਈ ਹੱਥੀ ਪੈ ਗਈਆਂ ਤਿੰਨੇ ਜਣੇ ਮੈਂ ਤਾਂ ਧੱਕੇ ਨਾਲ ਬਾਹਰ ਕੱਢ ਕੇ ਅੰਦਰੋਂ ਕੁੰਡਾ ਲਾਇਆ ਪਾਪਾ ਜੀ ਮੇਰੇ ਬਿਮਾਰ ਆ ਪਾਪਾ ਜੀ ਬਿਮਾਰ ਆ ਰੋਜ਼ ਹਸਪੀਟਲ ਲੈ ਕੇ ਜਾਂਦਾ ਰੀਜ਼ਨ ਕੀ ਲੜਾਈ ਝਗੜੇ ਦਾ ਰੀਜ਼ਨ ਕੁਛ ਵੀ ਨਹੀਂ ਯਾਰ ਪਹਿਲਾਂ ਤੋਂ ਸ਼ੁਰੂ ਤੋਂ ਲੈ ਕੇ ਮੇਰਾ ਸਾਂਢੂ ਤਾਂ ਮੇਰੀ ਸਾਲੀ ਜਿਹੜੀ ਰਜਨੀ ਤੇ ਬਣੀ ਤੇ ਰੋਮਾ ਜਿਹੜੀ ਸਾਲੀ ਮੇਰੀ ਉਹ ਕੈਨੇਡਾ ਚਲ ਗਿਆ ਇਹਨਾਂ ਦੀ ਮੈਜੋਰਟੀ ਸੀ ਮੈਨੂੰ ਕੁਛ ਨਹੀਂ ਦੱਸਦੇ ਸੀ ਕੀ ਹੁੰਦਾ ਕੀ ਨਹੀਂ ਹੁੰਦਾ ਮੈਂ ਜਦੋਂ ਘਰੋਂ ਚੱਲ ਜਾਂਦੇ ਉਦੋਂ ਇਹ ਆ ਜਾਂਦੀ ਠੀਕ ਹੈ ਉਦੋਂ ਇਹ ਆਉਂਦੀਆਂ ਨੇ ਮੈਨੂੰ ਬੁਲਾਉਂਦੇ ਨਹੀਂ ਠੀਕ ਹੈ ਹੁਣ ਮੈਂ ਆਇਆ ਤਾਂ ਸਾਰੇ ਘਰ ਸੀ ਮੈਂ ਆ ਕੇ ਪੁੱਛਿਆ ਵੀ ਬਿਨਾਂ ਗੱਲ ਤੋਂ ਅੰਦਰ ਨਹੀਂ ਬਾੜੀ ਦੇ ਬੰਦੇ ਕੋਈ ਕੀ ਪਤਾ ਕੋਈ ਬੱਚੇ ਨੂੰ ਚੱਕ ਕੇ ਲੈ ਜਾ ਕੋਈ ਅਭੀ ਨਾ ਭੇਜ ਇੰਨੀ ਗੱਲ ਕੀਤੀ ਉਹਨੇ ਮੇਰੇ ਚਪੇੜ ਮਾਰਦੀ ਸਾਰਾ ਛੋਟੀ ਨੇ ਠੀਕ ਹੈ ਉਹ ਮੇਰੇ ਹੱਥੀ ਪੈ ਗਿਆ ਮੈਂ ਸਿਰਫ ਧੱਕੇ ਨਾਲ ਬਾਹਰ ਕੱਢਿਆ ਮੈਂ ਪਾਪਾ ਜੀ ਨੂੰ ਕਿਹਾ ਤੁਸੀਂ ਇੱਧਰ ਹੋ ਜਾਓ ਤੁਸੀਂ ਡਿੱਗ ਨਾ ਜਾਓ ਠੀਕ ਹੈ ਧੱਕੇ ਨਾਲ ਬਾਹਰ ਕੱਢ ਕੇ ਫਿਰ ਮੈਂ ਅੰਦਰੋਂ ਕੁੰਡਾ ਲਾਇਆ ਮੈਂ ਆਪਣਾ ਬਚਾ ਕੀਤਾ ਆਹ ਹੀ ਗੱਲ ਆ ਹੋਰ ਤਾਂ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਮਾਮਲਾ ਕੀ ਹੈ ਇੱਕ ਤੁਹਾਨੂੰ ਸੂਚਨਾ ਮਿਲੀ ਕਿ ਇੱਥੇ ਲੈਂਬਰ ਹੁਸੈਨਪੁਰੀ ਆ ਜੀ ਗਾਇਕ ਆ ਰਿਹਾ ਜੀ ਉਹਦੇ ਘਰ ਤੋਂ ਲੜਾਈ ਲੜੀ ਹੋ ਰਹੀ ਹੈ ਜੀ ਉਹ ਮੌਕੇ ਤੇ ਪਹੁੰਚਾ ਦੇਖਿਆ ਉਹਦੀ ਵਾਈਫ ਜਿਹੜੀ ਆ ਬਾਹਰ ਬੈਠੀ ਰੋ ਰਹੀ ਆ ਜੀ ਉਹ ਦੱਸਿਆ ਵੀ ਇੱਕ ਸਾਡੀ ਕੋਠੀ ਦੇ ਆਪੋਜਿਟ ਕੋਠੀ ਆ ਜੀ ਜਿਹੜੀ ਅਸੀਂ ਆਪ ਰੈਂਟ ਤੇ ਦਿੰਦੇ ਹਾਂ ਜੀ ਉਹ ਅੱਜ ਵੀ ਕੋਈ ਰੈਂਟ ਲਈ ਉਹਨੂੰ ਦੇਖਣ ਆਇਆ ਅਤੇ ਮੇਰੀ ਲਾਗੇ ਨਾਲ ਸਿਸਟਰ ਰਹਿੰਦੀ ਕੋਈ ਉਹ ਤੇ ਇੱਕ ਹੋਰ ਇੱਕ ਸਿਸਟਰ ਕੋਈ ਇਲਾਜ ਕਰਾ ਰਹੀ ਆ ਆਪਣਾ ਦੂਜੀ ਸਿਸਟਰ ਦੇ ਘਰ ਜੀ ਉਹ ਮੈਂ ਕੋਠੀ ਦਿਖਾਉਣ ਗਈ ਇਹਨੇ ਚਿਤ ਲੈਂਬਰ ਸੈਂਚਰੀ ਨੇ ਮੈਨੂੰ ਮਾਰ ਕੁੱਟਣ ਲਈ ਤੂੰ ਕੁੱਟ ਕੌਣ ਨੇ ਡੰਡੇ ਨਾਲ ਮਾਰਨ ਕਿਹਾ ਮੇਰੀ ਭੈਣ ਅੱਗੇ ਹੋ ਗਈ ਅਤੇ ਭੈਣ ਦੇ ਗਾਏ ਨੇ ਡੰਡੇ ਦੇ ਮਾਰੇ ਸਿਰ 'ਚ ਬਾਹਾਂ ਬੂਹਾਂ 'ਤੇ ਜਿਹੜੀ ਉਹ ਇਲਾਜ ਵਾਸਤੇ ਚਲੇਗੀ ਉਹ ਸੇਵਾ ਦਾ ਜੀ ਜਿੱਦਾਂ ਦਾ ਉਹ ਬਿਆਨ ਦਿਖਾਏਗੀ ਉਹ ਬੇਕਾਰੀ ਕਰ ਬੱਚਿਆਂ ਦੇ ਵੀ ਐਲੀਗੇਸ਼ਨ ਲਗਾਏ ਨੇ ਕਿ ਸਾਡੇ ਨਾਲ ਵੀ ਮਾਰ ਕੁਟਾਈ ਕਰਦਾ ਹੈ ਕਿਆ ਐਕਸ਼ਨ ਜਿਹੜਾ ਬੱਚਿਆਂ ਦੇ ਅਲੱਗ ਪਰਚਾ ਦਰਜ ਕਰਾਇਆ ਜਾਏਗਾ ਜਾਂ ਇਹ ਪੂਰਾ ਇੱਕ ਸਾਨੂੰ ਬੱਚਿਆਂ ਦਾ ਇਹ ਅਸੀਂ ਜਿਹੜੀ ਜੁੜੀ ਹੈਗੀ ਆ ਅੱਜ ਤੱਕ ਨਹੀਂ ਸਾਨੂੰ ਕੋਈ ਇੱਦਾਂ ਦੀ ਇਨਫੋਰਮੇਸ਼ਨ ਆਈ ਨਾ ਕੋਈ ਕਹਿੰਦੇ ਆ ਨਹੀਂ ਹੁਣੇ ਬੱਚੇ ਬੋਲ ਕੇ ਗਏ ਨੇ ਲਾਈਵ ਦੇ ਵਿੱਚ ਬੋਲ ਕੇ ਗਏ ਆਪਾਂ ਇਹਨਾਂ ਦਾ ਬੱਚੇ ਜੋ ਲਿਖਾਉਂਦੇ ਆ ਇਹ ਸੀ ਡਬਲਿਊ ਸੀ ਦੇ ਆਪਾਂ ਚਿਲਡਰਨ ਵੈਲਫੇਅਰ ਸੁਸਾਇਟੀ ਅਸੋਂ ਇੱਥੇ ਦੱਸਣਯੋਗ ਜਿਹੜਾ ਮਾਂ ਇਹ ਲਿਖਾਏਗੀ ਜੀ ਵੀ ਬੱਚਿਆਂ ਨੂੰ ਕਰਦਾ ਕਿਉਂਕਿ ਮਾਂ ਜਿਹੜੀ ਆ ਹੈ ਆ ਜਿਉਂਦੀ ਆ ਮਾਂ ਮਾਂ ਬੱਚੇ ਦੇਖ ਰਹੀ ਆ ਜੇ ਇਹਨੂੰ ਕੋਈ ਅਦਾਲਤੀ ਜਾਂ ਕਾਨੂੰਨੀ ਕਾਰਵਾਈ ਕਰਕੇ ਆਪਣੇ ਬੱਚਿਆਂ ਦੀ ਉਹ ਦੇਖਭਾਲ ਕਰ ਸਕਦੀ ਆ ਲੈਂਬਰ ਹੁਸੈਨਪੁਰੀ ਆਪਣੇ ਅੰਦਰ ਹੈ ਠੀਕ ਹੈ ਔਰ ਐਲੀਗੇਸ਼ਨ ਗੰਭੀਰ ਹੈ ਕਿਆ ਉਹਨੂੰ ਤੁਸੀਂ ਹੁਣੇ ਹੀ ਇਸ ਟਾਈਮ ਰਾਊਂਡ ਅਪ ਕਰੋਗੇ ਜਾਂ ਬਾਅਦ 'ਚੋਂ ਕਰੋਗੇ ਕਿਉਂਕਿ ਹਾਲਾਤ ਜਿਹੜੇ ਆ ਉੱਥੇ ਮੌਕੇ 'ਤੇ ਤੁਸੀਂ ਅਲੱਗ ਤਰ੍ਹਾਂ ਦੇ ਸਾਨੂੰ ਨਜ਼ਰ ਆ ਰਹੇ ਆ ਕਿਉਂਕਿ ਪੂਰਾ ਪਰਿਵਾਰ ਜਿਹੜਾ ਸੜਕ 'ਤੇ ਰੋ ਰਿਹਾ ਸੀਗਾ ਹੋਰ ਵਧੇਰੇ ਦਿਲਚਸਪ ਤੇ ਰੋਚਕ ਖਬਰਾਂ ਦੇਖਣ ਦੇ ਲਈ ਬਣੇ ਰਹੋ ਸਾਡੇ ਏਤੀਮਾਨ ਚੈਨਲ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ।